दुख बहुत है। मैं पूरी कोशिश करांगी जिवें अपने बच्चों नूं सांभदी हां उस तरह मजीठे हल्के नूं सांभांगी। वो भी परिवार देखती सी, उत्थे भी परिवार देखती सी मैं, ये भी उन्हां दा परिवार है ते मेरे ख्याल इत्थे उन्हां नूं ज़्यादा प्यार है, बहुत प्यार मिल रहा है। इन्ना प्यार मैनू कदे नहीं मिलिया, मैनू बच्चों तो नहीं मिलिया इन्ना प्यार जिन्ना इन्ना इत्थे मिल रहा मैनू। लगातार तीन वार विधानसभा हलका मजीठा तो जेतू रहे बिक्रम सिंह मजीठिया ने इस बार विधानसभा हलका मजीठा तो चोन ना लड़न का फैसला किया। इस तो बाद बिक्रम सिंह मजीठिया की धर्म पत्नी गनीव मजीठिया विधानसभा हलका मजीठिया तो चोन लड़ रही है, जिसके चलते उन्होंने अपना चोन प्रचार शुरू करने तो पहला गुरद्वारा बाबा बुढ़ा साहेब कत्थू नंगल विखे नतमस्तक होए। इस दौरान मजीठा हलके दे अकाली दल दे वर्कर गनीव मजीठिया दे नाल रहे। इस दौरान पत्रकारां नाल गलबात करदिआं गनीव मजीठिया ने कहा कि वह मजीठा हलके दे इलाका वासियां नूं अपने बच्चियां वांग ही प्यार करनगे अते उन्हां दी देख रेख करनगे। इस दे नाल उन्होंने कहा कि वह विधानसभा हलका मजीठे तो पहली बार चोन मैदान विच उतरे हन, उन्हां दा सियासी सफर भी इत्थों ही शुरू हुंदा है अते मजीठा हलके विचों मजीठा हलके वासियां दी मदद ते प्यार नाल ही इस वार ओ चोन जितणगे। इस दे नाल ही उन्होंने कहा कि ओ सिर्फ मजीठा हलके विच ही अपना चोन प्रचार करनगे। होर इस मौके उते उन्होंने की कहा ओ तुसी आप सुनो। मैनूं दुख बहुत है, मैं पूरी कोशिश करांगी जिवें अपने बच्चों नूं सांभदी हां उस तरह मजीठे हलके नूं सांभांगी। बस रब उन्हां दे सिर ते मेहर रखे। ਉਹ ਤਾਂ ਮਜੀਠੇ ਵਾਲਿਆਂ ਨੂੰ ਕੁਝ ਨਾ ਮਿਲੂਗਾ ਜੀ। ਮੈਮ ਸਿਆਸਤ ਦੇ ਵਿੱਚ ਤੁਸੀਂ ਨਵੇਂ ਹੋ ਪਰ ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇੱਕ ਜੇਕਰ ਅਸੀਂ ਵਿਕਰਮ ਮਜੀਠੀਆ ਜੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਇੱਕ ਸਿਆਸੀ ਘੇਰਾਬੰਦੀ ਉਹਨਾਂ ਦੇ ਖਿਲਾਫ ਕੀਤੀ ਗਈ, ਕੀ ਤੁਸੀਂ ਮਜੀਠਾ ਦੇ ਨਾਲ ਨਾਲ ਅੰਮ੍ਰਿਤਸਰ ਈਸਟ ਦੇ ਵਿੱਚ ਵੀ ਜਾ ਕੇ ਚੋਣ ਪ੍ਰਚਾਰ ਕਰੋਗੇ ਉਹਨਾਂ ਦੇ? ਮੈਂ ਸਿਆਸਤ 'ਚ ਪਹਿਲੀ ਵਾਰ ਆਈ ਹਾਂ ਜੀ, ਮੈਂ ਕੱਲਾ ਮਜੀਠਾ ਦੇਖਾਂਗੇ ਜੀ। ਤਬਦੀਲੀ ਕਿਸ ਤਰ੍ਹਾਂ ਲੱਗ ਰਹੀ ਹੈ, ਫਰਕ ਕੋਈ ਚੱਕਰ ਦਾ ਚੋਕਾ ਚੁੱਲਾ ਛੱਡ ਕੇ ਹੁਣ ਸਿਆਸੀ ਪਿੜ ਚ ਆਏ ਹੋ? ਉਹ ਵੀ ਪਰਿਵਾਰ ਦੇਖਦੀ ਸੀ, ਉੱਥੇ ਵੀ ਪਰਿਵਾਰ ਦੇਖਦੀ ਸੀ ਮੈਂ, ਇਹ ਵੀ ਉਹਨਾਂ ਦਾ ਪਰਿਵਾਰ ਹੈ ਤੇ ਮੇਰੇ ਖਿਆਲ ਇੱਥੇ ਉਹਨਾਂ ਨੂੰ ਜ਼ਿਆਦਾ ਪਿਆਰ ਹੈ। ਉਹ ਮੈਨੂੰ ਬਾਰ ਬਾਰ ਰੋਜ਼ ਕਹਿੰਦੇ ਨੇ ਸਵੇਰੇ ਸ਼ਾਮ, ਮੇਰਾ ਪਰਿਵਾਰ ਹੈ ਪੂਰੇ ਡਟ ਕੇ ਕੰਮ ਕਰਨਾ ਹੈ ਕਿ ਬਹੁਤ ਖਿਆਲ ਰੱਖਣਾ ਇਹਨਾਂ ਦਾ। ਬਸ ਉਸ ਤੋਂ ਜ਼ਿਆਦਾ ਮੈਂ ਮੈਨੂੰ ਧਿਆਨ ਰੱਖਣ ਨੂੰ ਕਿਹਾ ਉਹਨਾਂ ਨੇ। ਬਸ ਜਿਹੜਾ ਉਹਨਾਂ ਨੇ ਕੰਮ ਕੀਤਾ ਉਸ 'ਤੇ ਹੀ ਅੱਗੇ ਬਹੁਤ ਪਿਆਰ ਮਿਲ ਰਿਹਾ। ਇੰਨਾ ਪਿਆਰ ਮੈਨੂੰ ਕਦੇ ਨਹੀਂ ਮਿਲਿਆ, ਮੈਨੂੰ ਬੱਚਿਆਂ ਤੋਂ ਨਹੀਂ ਮਿਲਿਆ ਇੰਨਾ ਪਿਆਰ ਜਿੰਨਾ ਇੰਨਾ ਇੱਥੇ ਮਿਲ ਰਿਹਾ ਮੈਨੂੰ। ਪਹਿਲਾਂ ਹਲਕੇ ਨੂੰ ਦੇਖਣਾ ਹੈ। ਜ਼ਿਕਰਯੋਗ ਹੈ ਕਿ ਲਗਾਤਾਰ ਹੀ ਵਿਧਾਨ ਸਭਾ ਹਲਕਾ ਮਜੀਠਾ ਵਿੱਚ ਤਿੰਨ ਵਾਰ ਵਿਧਾਇਕ ਰਹੇ ਬਿਕਰਮ ਸਿੰਘ ਮਜੀਠੀਆ ਨੂੰ ਮਾਝੇ ਦੇ ਜਰਨੈਲ ਵਜੋਂ ਵੀ ਜਾਣਿਆ ਜਾਂਦਾ ਹੈ, ਜੋ ਕਿ ਮਜੀਠਾ ਹਲਕੇ ਤੋਂ ਚੋਣ ਲੜਦੇ ਨੇ ਅਤੇ ਉਹਨਾਂ ਦੇ ਨਾਮ ਪਿੱਛੇ ਮਜੀਠੀਆ ਵੀ ਇਸੇ ਕਰਕੇ ਹੀ ਲੱਗਦਾ ਹੈ। ਲੇਕਿਨ ਇਸ ਵਾਰ ਨਵਜੋਤ ਸਿੰਘ ਸਿੱਧੂ ਵੱਲੋਂ ਚੈਲੰਜ ਦਿੱਤੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨੂੰ ਵਿਧਾਨ ਸਭਾ ਹਲਕਾ ਪੂਰਬੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਦੇ ਚੱਲਦੇ ਬਿਕਰਮ ਮਜੀਠੀਆ ਦੀ ਪਤਨੀ ਗਨੀਵ ਮਜੀਠੀਆ ਵਿਧਾਨ ਸਭਾ ਮਜੀਠੀਆ ਤੋਂ ਚੋਣ ਮੈਦਾਨ ਵਿੱਚ ਉਤਰੇ ਨੇ। ਅੰਮ੍ਰਿਤਸਰ ਤੋਂ ਜਸਕਰਨ ਸਿੰਘ ਦੀ ਰਿਪੋਰਟ, ਦਾ ਪਬਲਿਕ ਟਾਈਮਜ਼।